You know, being a father is something you learn on the job. You didn't get trained for it. You can never be trained for it. ਇੱਕ ਪਿਤਾ ਹੋਣਾ ਜਿਹੜਾ ਹੈਗਾ ਤੁਹਾਨੂੰ ਕੰਮ ਜਿਹੜਾ ਹੈਗਾ ਸਿਖਾਉਂਦਾ ਹੈਗਾ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਉਹਦੀ ਕੋਈ ਟ੍ਰੇਨਿੰਗ ਹੀ ਹੁੰਦੀ ਵੈਨ ਯੂ ਗੈਟ ਮੈਰਿਡ ਇਟਸ ਦ ਜੋਏ ਆਫ ਕੰਪੈਨੀਅਨਸ਼ਿਪ ਰਿਲੇਸ਼ਨਸ਼ਿਪ ਫੈਲੋਸ਼ਿਪ ਆਲ ਦੀਸ ਸ਼ਿਪਸ ਜਦੋਂ ਵਿਆਹ ਹੁੰਦਾ ਹੈਗਾ ਤੇ ਉਸ ਵੇਲੇ ਜਿਹੜਾ ਤੁਹਾਡਾ ਨਾਤਾ ਬੰਦਾ ਹੈਗਾ ਉਹ ਉਹਦਾ ਤੁਹਾਡੇ ਅੰਦਰ ਜਿਹੜਾ ਹੈਗਾ ਹਰਸ਼ ਹੁੰਦਾ ਹੈਗਾ ਦਿਲ 'ਚ ਬਟ ਆਫਟਰ ਸਮ ਟਾਈਮ ਦ ਚਾਈਲਡ ਕਮਸ ਲੇਕਿਨ ਥੋੜ੍ਹੀ ਦੇਰ ਬਾਅਦ ਜਿਹੜਾ ਹੈਗਾ ਸੰਤਾਨ ਹੁੰਦੀ ਹੈ ਦੈਨ ਇਟ ਬਿਕਮਸ ਅ ਰੀਅਲੀ ਬਿਗ ਸ਼ਿਪ ਫਿਰ ਤੁਹਾਡੀ ਜਿਹੜੀ ਕਿ ਸ਼ਿਪ ਭਰ ਜਾਂਦਾ ਹੈਗਾ ਯੂ ਹੈਵ ਟੂ ਟ੍ਰੇਨ ਯੂਅਰ ਸੈਲਫ ਯੂ ਹੈਵ ਟੂ ਟ੍ਰੇਨ ਔਨ ਦ ਜੋਬ ਤੁਹਾਨੂੰ ਕੰਮ ਕਰਦੇ ਹੋਏ ਜਿਹੜਾ ਹੈਗਾ ਸਿੱਖਣਾ ਪੈਂਦਾ ਨਥਿੰਗ ਪ੍ਰਿਪੇਅਰਸ ਯੂ ਫਾਰ ਇਟ ਇਹ ਕੋਈ ਵੀ ਜਿਹੜਾ ਤਿਆਰ ਨਹੀਂ ਕਰ ਪਾਉਂਦਾ ਇਸ ਚੀਜ਼ ਨੂੰ ਬਟ ਓਨਲੀ ਯੂ ਨੋ ਇਨ ਦੀ ਐਂਡ ਟੂਵਰਡਸ ਦੀ ਐਂਡ ਇਟ ਵਿਲ ਸ਼ੋ ਵੈਦਰ ਵੀ ਹੈਵ ਬੀਨ ਸਕਸੈਸਫੁਲ ਪਾਰਟਲੀ ਸਕਸੈਸਫੁਲ ਔਰ ਵੀ ਆਰ ਅ ਫੇਲਿਅਰ ਇਟ ਓਨਲੀ ਇਨ ਦੀ ਐਂਡ ਵਿਲ ਸ਼ੋ ਅੰਤ ਦੇ ਅੰਦਰ ਹੀ ਪਤਾ ਚੱਲਦਾ ਹੈਗਾ ਕਿ ਕਿੰਨੇ ਕਾਮਯਾਬ ਹੋਏ ਅਸੀਂ ਵੀ ਥੈਂਕ ਗੋਡ ਦੈਟ ਗੋਡ ਡਜ਼ਨਟ ਨੀਡ ਦੈਟ ਐਕਸਪੀਰੀਅੰਸ ਰਾਈਟ ਅਸੀਂ ਇਹ ਸੋਚਨੇ ਹੈਗੇ ਕਿ ਪਰਮੇਸ਼ਵਰ ਨੂੰ ਇਹ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਗੋਡ ਡਜ਼ਨਟ ਨੀਡ ਟ੍ਰੇਨਿੰਗ ਇਨ ਬੀਇੰਗ ਅ ਫਾਦਰ ਪਰਮੇਸ਼ਵਰ ਨੂੰ ਕੋਈ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਨਹੀਂ ਹੈਗੀ ਪਿਤਾ ਨੇਚਰ ਇਜ਼ ਬੀਇੰਗ ਅ ਫਾਦਰ ਉਹਨਾਂ ਦੀ ਪ੍ਰਕਿਰਤੀ ਜਿਹੜੀ ਹੈਗੀ ਹੈ ਉਹਨਾਂ ਦਾ ਜਿਹੜਾ ਸਰੂਪ ਹੈਗਾ ਉਹੀ ਚੀਜ਼ ਸੱਚ ਹੈਗਾ ਵਨ ਆਫ ਦ ਲਾਰਜੈਸਟ ਪਾਰਕਸ ਇਨ USA ਇਜ਼ ਦ ਯੈਲੋਸਟੋਨ ਨੈਸ਼ਨਲ ਪਾਰਕ ਇੱਕ ਯੈਲੋਸਟੋਨ ਨੈਸ਼ਨਲ ਪਾਰਕ USA ਦਾ ਸਭ ਤੋਂ ਵੱਡਾ ਪਾਰਕ ਹੈਗਾ ਦੇ ਹੈਵ ਵਨ ਆਫ ਦ ਸਪੈਸ਼ਲ ਫੀਚਰਸ ਆਫ ਦਿਸ ਪਾਰਕ ਇਜ਼ ਦ ਗੀਜ਼ਰਸ ਝਰਨਾ ਉਹਦਾ ਇੱਕ ਸਪੈਸ਼ਲ ਫੀਚਰ ਹੈਗਾ ਕਿ ਉਹਦੇ ਅੰਦਰ ਜਿਹੜਾ ਹੈਗਾ ਗੀਜ਼ਰ ਜਿਹੜੇ ਹੈਗੇ ਗਰਮ ਪਾਣੀ ਦੇ ਹੁੰਦੇ ਹੈਗੇ ਗੀਜ਼ਰ ਇਜ਼ ਸਮਥਿੰਗ ਦੈਟ ਸਡਨਲੀ ਹੌਟ ਏਅਰ ਵਿਲ ਸ਼ੂਟ ਆਊਟ ਮੈਨੀ ਫੀਟ ਇਨ ਦੀ ਏਅਰ ਉਹਦੇ ਅੰਦਰ ਜਿਹੜਾ ਹੈਗਾ ਗਰਮ ਹਵਾ ਜਿਹੜੀ ਹੈਗੀ ਹੈ ਉੱਪਰ ਨੂੰ ਉਛਲਦੀ ਹੈਗੀ ਹੈ ਆਲ ਦ ਗੀਜ਼ਰਸ ਇਨ ਯੈਲੋਸਟੋਨ ਪਾਰਕ ਹੈਵ ਨੇਮਸ ਦੇ ਹੈਵ ਨੇਮਸ ਹਰ ਇੱਕ ਗੀਜ਼ਰ ਦਾ ਉੱਥੇ ਨਾਂ ਦਿੱਤਾ ਹੋਇਆ ਉਹਨਾਂ ਨੇ ਦੇਰ ਇਜ਼ ਵਨ ਗੀਜ਼ਰ ਕਾਲਡ ਦੀ ਓਲਡ ਫੇਥਫੁਲ ਇੱਕ ਗੀਜ਼ਰ ਹੈਗਾ ਜਿਹਨੂੰ ਵਿਸ਼ਵਾਸਯੋਗ ਜਿਹੜਾ ਹੈਗਾ ਕਿਹਾ ਗਿਆ ਯੂ ਕੈਨ ਕਾਊਂਟ ਔਨ ਓਲਡ ਫੇਥਫੁਲ ਤੁਸੀਂ ਜਿਹੜਾ ਹੈਗਾ ਉਹਦੇ ਤੇ ਪੂਰਾ ਵਿਸ਼ਵਾਸ ਕਰ ਸਕਦੇ ਹੋ ਐਵਰੀ 90 ਮਿੰਟਸ ਔਰ ਸੋ ਦਿਸ ਵਿਲ ਕਮ ਅਪ ਐਂਡ ਇਟ ਵਿਲ ਸ਼ੂਟ 100 ਫੀਟ ਇਨ ਦੀ ਏਅਰ ਹਰ 90 ਮਿੰਟ ਦੇ ਬਾਅਦ ਜਿਹੜਾ ਹੈਗਾ 100 ਫੀਟ ਜਿਹੜੀ ਹੈਗੀ ਉਹਦੀ ਆਵਾਜ਼ ਆਉਂਦੀ ਹੈਗੀ ਦੀ ਅਦਰ ਗੀਜ਼ਰਸ ਸਮਟਾਈਮਸ ਵਿਲ ਕਮ ਔਨ ਸਮਟਾਈਮਸ ਵਿਲ ਨਾਟ ਕਮ ਔਨ ਕੁਝ ਜਿਹੜੇ ਹੈਗੇ ਗੀਜ਼ਰ ਆਉਣਗੇ ਕਦੀ ਨਹੀਂ ਆਉਣਗੇ ਓਲਡ ਫੇਥਫੁਲ ਇਜ਼ ਕਾਲਡ ਦੈਟ ਬਿਕੋਜ਼ ਆਫ ਇਟ ਫੇਥਫੁਲੀ ਕਮਸ ਐਵਰੀ 90 ਮਿੰਟਸ ਓਲਡ ਫੇਥਫੁਲ ਨਾਂ ਤਾਂ ਰੱਖਿਆ ਹੈਗਾ ਕਿਉਂਕਿ ਹਰ 90 ਮਿੰਟ ਜਿਹੜਾ ਹੈਗਾ ਵਿਸ਼ਵਾਸ ਕਰ ਲਓ ਤੁਸੀਂ ਕਿ ਆਏਗਾ ਹੀ ਆਏਗਾ ਫੇਥਫੁਲਨੈਸ ਇਜ਼ ਸਮਥਿੰਗ ਪ੍ਰੈਸ਼ੀਅਸ ਵੈਦਰ ਐਜ਼ ਅ ਡੈਡ ਵੈਦਰ ਐਜ਼ ਅ ਮਦਰ ਵੈਦਰ ਐਜ਼ ਅ ਚਾਈਲਡ ਫੇਥਫੁਲਨੈਸ ਇਜ਼ ਪ੍ਰਾਈਜ਼ਡ ਵਿਸ਼ਵਾਸਯੋਗ ਹੋਣਾ ਜਿਹੜਾ ਹੈਗਾ ਬਹੁਤ ਅਮੁੱਲ ਹੈਗਾ ਚਾਹੇ ਤੁਸੀਂ ਮਾਤਾ ਹੋ ਪਿਤਾ ਹੋ ਦ ਟਾਈਟਲ ਆਫ ਟੂਡੇਜ਼ ਮੈਸੇਜ ਇਜ਼ ਦ ਫੇਥਫੁਲਨੈਸ ਆਫ ਗੋਡ ਅੱਜ ਦਾ ਸ਼ੀਰਸ਼ਕ ਜਿਹੜਾ ਹੈਗਾ ਸਾਡੀ ਉਹ ਹੈਗਾ ਪ੍ਰਚਾਰ ਦਾ ਪਰਮੇਸ਼ਵਰ ਦਾ ਵਿਸ਼ਵਾਸਯੋਗ ਹੋਣਾ ਇਨ ਦਿਸ 14 ਇਅਰਸ ਆਫ ਅਸ ਬੀਇੰਗ ਐਜ਼ ਅ ਚਰਚ ਦੈਟ ਇਜ਼ ਦ ਓਨਲੀ ਕਾਂਸਟੈਂਟ ਇਹ 14 ਸਾਲ ਜਿਹੜਾ ਅਸੀਂ ਕਲੀਸਿਆ ਦੇ ਰੂਪ ਵਿੱਚ ਇਕੱਠੇ ਹੁੰਦੇ ਹੈਗੇ ਆ ਇੱਕ ਉਹੀ ਚੀਜ਼ ਹੈਗੀ ਹੈ ਜਿਹੜੀ ਬਦਲੀ ਨਹੀਂ ਇਟਸ ਨਾਟ ਅਬਾਊਟ ਯੂ ਐਂਡ ਮੀ ਇਹ ਸਾਡੇ ਤੁਹਾਡੇ ਬਾਰੇ ਨਹੀਂ ਹੈਗਾ ਇਟਸ ਨਾਟ ਅਬਾਊਟ ਵਾਟ ਵੀ ਵਿਲ ਡੂ ਫਾਰ ਗੋਡ ਇਹ ਨਹੀਂ ਹੈਗਾ ਕਿ ਅਸੀਂ ਪਰਮੇਸ਼ਵਰ ਵਾਸਤੇ ਕੀ ਕਰਾਂਗੇ ਇਟਸ ਨਾਟ ਅਬਾਊਟ ਪ੍ਰੀਚਿੰਗ ਇਹ ਕੋਈ ਸਿੱਖਿਆ ਦੇਣ ਵਾਲਾ ਕੰਮ ਨਹੀਂ ਇਟਸ ਨਾਟ ਅਬਾਊਟ ਐਨੀਥਿੰਗ ਬਟ ਦ ਫੇਥਫੁਲਨੈਸ ਆਫ ਗੋਡ ਇਹ ਹੋਰ ਕੋਈ ਚੀਜ਼ ਨਹੀਂ ਹੈਗੀ ਲੇਕਿਨ ਪਰਮੇਸ਼ਵਰ ਦਾ ਵਿਸ਼ਵਾਸਯੋਗ ਹੋਣਾ ਇਨ ਦ ਲਾਸਟ ਡੇ ਅੰਤ ਦੇ ਦਿਨਾਂ 'ਚ ਗੋਡ ਵਿਲ ਆਸਕ ਵਿਲ ਟੈਲ ਯੂ ਮਾਈ ਗੁੱਡ ਐਂਡ ਵਾਟ ਸਰਵੈਂਟ ਫੇਥਫੁਲ ਸਰਵੈਂਟ ਉਹ ਕਹੇਗੇ ਕਿ ਮੇਰੇ ਅੱਛੇ ਔਰ ਵਿਸ਼ਵਾਸਯੋਗ ਦਾਸ ਫੇਥਫੁਲਨੈਸ ਇਜ਼ ਵਾਟ ਕਾਊਂਟਸ ਇਨ ਕ੍ਰਿਸਚੀਅਨ ਲਾਈਫ ਮਸੀਹ ਜੀਵਨ ਦੇ ਅੰਦਰ ਜਿਹੜਾ ਹੈਗਾ ਇਹ ਚੀਜ਼ ਬਹੁਤ ਜ਼ਰੂਰੀ ਹੈਗੀ ਹੈ ਇਟ ਇਜ਼ ਆਲਸੋ ਫਾਦਰਸ ਡੇ ਇਹ ਫਾਦਰਸ ਡੇ ਵੀ ਹੈਗਾ ਇਟ ਇਜ਼ ਹਿਸ ਡੇ ਟੁਡੇ ਇਹ ਪਰਮ ਪਿਤਾ ਪਰਮੇਸ਼ਵਰ ਦਾ ਦਿਨ ਹੈ ਵੀ ਸੈਲੀਬ੍ਰੇਟ ਹਿਸ ਡੇ ਅਸੀਂ ਇਹਨੂੰ ਮਨਾਉਂਦੇ ਹਾਂ ਐਂਡ ਆਲ ਦ ਫਾਦਰਸ ਇਨ ਆਵਰ ਚਰਚ ਔਰ ਸਾਰੇ ਜਿੰਨੇ ਪਿਤਾ ਹੈਗੇ ਇਸ ਚਰਚ ਦੇ ਅੰਦਰ ਗੋਡ ਹੈਜ਼ ਬੀਨ ਫੇਥਫੁਲ ਟੂ ਅਸ ਪਰਮੇਸ਼ਵਰ ਜਿਹੜਾ ਹੈ ਵਿਸ਼ਵਾਸਯੋਗ ਰਹੇ ਨੇ ਸਪੈਸ਼ਲੀ ਇਨ ਆਵਰ ਵਰਸ਼ਿਪ ਟੀਮਸ ਔਰ ਸਾਡੀ ਜਿਹੜੀ ਹੈ ਵਰਸ਼ਿਪ ਟੀਮ ਜਿਹੜੀ ਹੈ ਉਹਦੇ ਚ ਸਪੈਸ਼ਲੀ ਵੈਨ ਵੀ ਸਟਾਰਟਡ ਪਾਸਟਰ ਕੁਨਲ ਜੇਕਬ ਹੈਲਪਡ ਅਸ ਅ ਲੋਟ ਇਨ ਵਰਸ਼ਿਪ ਸ਼ੁਰੂਆਤ ਦੇ ਅੰਦਰ ਜਿਹੜਾ ਹੈ ਪਾਸਟਰ ਕੁਨਲ ਜੇਕਬ ਨੇ ਸਾਨੂੰ ਕਾਫੀ ਮਦਦ ਕੀਤੀ ਦੈਨ ਕੇਮ ਜੌਨ ਐਂਡ ਗ੍ਰੇਸ ਸੈਸਲ ਫਿਰ ਜੌਨ ਔਰ ਗ੍ਰੇਸ ਸੈਸਲ ਆਏ ਦੈਨ ਕੇਮ ਰਮਨ ਫਿਰ ਰਮਨ ਆਇਆ ਦੈਨ ਆਵਰ ਸਿਸਟਰ ਲਿਨ ਐਂਡ ਟੂਡੇ ਜੋਵਲ ਗਿਆਨ ਐਂਡ ਐਂਜਲਾ ਫਿਰ ਸਿਸਟਰ ਲਿਨ ਆਏ ਫਿਰ ਹੁਣ ਗੋਇਲ ਜਾਨ ਗਿਆਨ ਔਰ ਐਂਜਲਾ ਆਏ ਐਂਡ ਸਿਸਟਰ ਅੰਜਲੀ ਔਰ ਸਿਸਟਰ ਅੰਜਲੀ ਵੀ ਵੀ ਥੈਂਕ ਗੋਡ ਫਾਰ ਦੇਅਰ ਵਰਕ ਪਰਮੇਸ਼ਵਰ ਦਾ ਸ਼ੁਕਰ ਕਰਨੇ ਆ ਉਹਨਾਂ ਦੇ ਕੰਮ ਵਾਸਤੇ ਆਈ ਡੋਂਟ ਨੋ ਇਫ ਯੂ ਨੋ ਮਾਈ ਪ੍ਰੀਚਿੰਗ ਗੋਜ਼ ਅਪ ਐਂਡ ਡਾਊਨ ਡਿਪੈਂਡਿੰਗ ਔਨ ਦ ਵਰਸ਼ਿਪ ਤੁਹਾਨੂੰ ਪਤਾ ਹੋਏਗਾ ਨਹੀਂ ਹੋਏਗਾ ਕਿ ਮੇਰੀ ਜਿਹੜੀ ਸ਼ਿਕਸ਼ਾ ਹੈਗੀ ਹੈ ਉੱਪਰ ਥੱਲੇ ਚਲੀ ਜਾਂਦੀ ਹੈਗੀ ਹੈ ਆਰਾਧਨਾ ਦੇ ਉੱਤੇ ਵਰਸ਼ਿਪ ਇਜ਼ ਦੀ ਐਨਰਜੀ ਆਈ ਡਰਾ ਫਰਮ
आराधना दे नाल मैनूं एनर्जी मिलदी आ। वी मिस आवर डियरली सिस्टर लिन टुडे वेरी मच, यू नो। ਅਸੀਂ ਆਪਣੀ ਸਿਸਟਰ ਲਿਨ ਨੂੰ ਜਿਹੜਾ ਹੈਗਾ ਬੜਾ ਮਿਸ ਕਰਨੇ ਆ। ਵੀ ਥੈਂਕ ਗੋਡ ਫॉर द ਟਾਈਮ ਸ਼ੀ ਵਾਸ ਵਿਦ ਅਸ। ਅਸੀਂ ਪਰਮੇਸ਼ਰ ਦਾ ਸ਼ੁਕਰੀਆ ਦਿੰਨੇ ਹੈਗੇ ਕਿ ਉਹ ਸਾਡੇ ਨਾਲ ਜਿੰਨਾ ਵੀ ਸਮਾਂ ਰਹੇ। ਆਈ ਐਮ ਸ਼ੋਰ ਨੈਕਸਟ ਟਾਈਮ ਵੈਨ ਯੂ ਵਿਲ ਸੀ ਹਰ ਸ਼ੀ ਵਿਲ ਬੀ ਸਿੰਗਿੰਗ ਵਿਦ ਐਨਥੂਸੀਆਜ਼ਮ। ਮੈਂ ਕਹਿਣਾ ਕਿ ਜਦੋਂ ਅਸੀਂ ਉਹਨਾਂ ਨੂੰ ਦੁਬਾਰਾ ਦੇਖਾਂਗੇ ਤੇ ਉਹ ਬਹੁਤ ਐਨਥੂਸੀਆਜ਼ਮ ਦੇ ਨਾਲ ਜਿਹੜਾ ਹੈਗਾ ਪਰਮੇਸ਼ਰ ਦੀ ਆਰਾਧਨਾ ਕਰਨਗੇ। ਦ ਬਾਈਬਲ ਅਸ਼ੂਰਸ ਅਸ ਦੈਟ ਗੋਡ ਇਜ਼ ਅ ਫੇਥਫੁਲ ਗੋਡ। ਬਾਈਬਲ ਸਾਨੂੰ ਆਸ਼ਵਾਸਨ ਦਿੰਦਾ ਹੈਗਾ ਕਿ ਪਰਮੇਸ਼ਰ ਵਿਸ਼ਵਾਸਯੋਗੇ ਹੈਗੇ। There are four things today I want to talk about. ਚਾਰ ਚੀਜ਼ਾਂ ਕਹਿਣਾ ਚਾਹੁੰਦਾ ਅੱਜ ਮੈਂ। Let us meditate on this. ਉਹਦੇ ਉੱਤੇ ਮੰਥਨ ਕਰਨੇ ਆ। Number one. ਪਹਿਲੀ ਚੀਜ਼। Unchangeable fact. ਕਿ ਇਹ ਸੱਚ ਹੈਗਾ ਜਿਹੜਾ ਬਦਲਦਾ ਨਹੀਂ। Second one, unintended consequences. ਕਿ ਉਹਦੇ ਕੀ consequences ਹੋਣਗੇ ਜੋ ਹੋਣਗੇ ਹੀ। Unshakable proof. ਔਰ ਨਾ ਹਿਲਣ ਵਾਲਾ ਜਿਹੜਾ ਹੈਗਾ ਉਹਦਾ ਪ੍ਰੂਫ। An unforgettable lesson. ਔਰ ਉਹ ਸਿੱਖਿਆ ਜਿਹੜੀ ਅਸੀਂ ਭੁੱਲ ਨਹੀਂ ਸਕਦੇ। ਫਸਟ ਲੈਟ ਸਟਾਰਟ ਵਿਦ ਐਨ ਅਨਚੇਂਜੇਬਲ ਫੈਕਟ। ਅਸੀਂ ਇਹ ਦੇਖਦੇ ਹਾਂ ਕਿ ਉਹ ਸੱਚ ਜੋ ਨਹੀਂ ਬਦਲ ਸਕਦਾ। ਗੋਡ ਇਜ਼ ਫੇਥਫੁਲ, ਦੈਟ ਇਜ਼ ਐਨ ਅਨਚੇਂਜੇਬਲ ਫੈਕਟ। ਕਿ ਪਰਮੇਸ਼ਵਰ ਵਿਸ਼ਵਾਸਯੋਗੇ ਹੈਗੇ, ਇਹ ਚੀਜ਼ ਨਹੀਂ ਬਦਲ ਸਕਦੀ। ਆਈ ਐਮ ਯੂ ਮੇ ਨਾਟ ਹੈਵ ਨੋਟਿਸਡ ਔਰ ਯੂ ਮੇ ਹੈਵ ਨੋਟਿਸਡ ਐਵਰੀ ਪ੍ਰੋਮਿਸ ਆਫ ਗੋਡ ਕੋਟਸ ਗੋਡਸ ਫੇਥਫੁਲਨੈਸ ਇਨ ਦ ਪ੍ਰੋਮਿਸ। ਤੁਸੀਂ ਇਹ ਸ਼ਾਇਦ ਨਹੀਂ ਦੇਖਿਆ ਹੋਏਗਾ ਕਿ ਪਰਮੇਸ਼ਵਰ ਦਾ ਜੋ ਵੀ ਪ੍ਰੋਮਿਸ ਹੈਗਾ ਉਹਦੇ ਅੰਦਰ ਉਹਨਾਂ ਨੇ ਵਿਸ਼ਵਾਸਯੋਗ ਹੋਣਾ ਜ਼ਰੂਰ ਕਿਹਾ ਹੈਗਾ। ਟੇਕ ਫੋਰ ਐਗਜ਼ਾਮਪਲ ਡਿਊਟਰੋਨੋਮੀ 7:9। ਅਸੀਂ ਡਿਊਟਰੋਨੋਮੀ 7:9 ਦੇਖਦੇ ਹਾਂ। ਨੋ ਦੇਅਰਫੋਰ ਦੈਟ ਦ ਲਾਰਡ ਥਾਈ ਗੋਡ ਹੀ ਇਜ਼ ਗੋਡ ਦ ਫੇਥਫੁਲ ਗੋਡ। ਇਸ ਲਈ ਜਾਣ ਰੱਖ ਕਿ ਤੇਰਾ ਪਰਮੇਸ਼ਵਰ ਯਹੋਵਾ ਹੀ ਪਰਮੇਸ਼ਵਰ ਹੈ, ਵਹਿ ਵਿਸ਼ਵਾਸਯੋਗ ਈਸ਼ਵਰ ਹੈ। ਯੂ ਸੀ ਹੀ ਇਜ਼ ਫੇਥਫੁਲ ਗੋਡ। ਉਹ ਵਿਸ਼ਵਾਸਯੋਗ ਹੈਗੇ। ਯੂ ਕੈਨੋਟ ਚੇਂਜ ਦੈਟ ਇਨ ਗੋਡ। ਉਹ ਤੁਸੀਂ ਪਰਮੇਸ਼ਵਰ ਦੇ ਅੰਦਰ ਬਦਲ ਨਹੀਂ ਸਕਦੇ। ਨਥਿੰਗ ਵੀ ਡੂ ਵਿਲ ਚੇਂਜ ਦੈਟ ਫੈਕਟ। ਅਸੀਂ ਕੁਝ ਵੀ ਕਰੀਏ ਉਸ ਚੀਜ਼ ਨੂੰ ਨਹੀਂ ਬਦਲ ਸਕਦੇ। ਸਾਮ 119:86 ਇਜ਼ ਐਨ ਇੰਟਰਸਟਿੰਗ ਵਰਸ। ਬਨ ਸਹਿਤਾ 119:86 ਚ ਲਿਖਿਆ ਹੈ, ਆਲ ਥਾਈ ਕਮੈਂਡਮੈਂਟਸ ਆਰ ਫੇਥਫੁਲ, ਦੇ ਪਰਸੀਕਿਊਟ ਮੀ ਰੋਂਗਲੀ, ਹੈਲਪ ਦਾਉ ਮੀ। ਤੇਰੀ ਸਭ ਆਗਿਆਏ ਵਿਸ਼ਵਾਸਯੋਗ ਹੈ, ਵੇ ਮੁਝੇ ਕੁਟਿਲਤਾ ਸੇ ਸਤਾਤੇ ਹੈ, ਮੇਰੀ ਮਦਦ ਕਰੋ। What it means is the commandments of God are so faithful that they will pursue you or wrongs in your life and you have to take God's help to get out of that being pursued. ਕਿ ਪਰਮੇਸ਼ਵਰ ਦੇ ਜਿੰਨੇ ਵੀ ਵਿਸ਼ਵਾਸ ਹੈਗੇ ਉਹਨਾਂ ਦਾ ਵਚਨ ਜਿਹੜਾ ਹੈਗਾ ਉਹ ਵਿਸ਼ਵਾਸਯੋਗ ਹੈਗਾ ਕਿ ਜਦੋਂ ਵੀ ਕੋਈ ਦਿੱਕਤ ਆਵੇ ਤਾਂ ਤੁਸੀਂ ਪਰਮੇਸ਼ਵਰ ਦੇ ਵਚਨ ਤੋਂ ਮਦਦ ਲਓ। What I want to explain is if there is sin in your life, the commandments of God will pursue you till you settle that sin with God. That's what it means. ਅਰਥ ਇਹ ਹੈਗਾ ਕਿ ਤੁਹਾਡੇ ਜੇ ਅੰਦਰ ਕੋਈ ਪਾਪ ਹੈਗਾ ਤਾਂ ਪਰਮੇਸ਼ਵਰ ਦੇ ਜਿਹੜੇ ਵਚਨ ਹੈਗੇ ਤੁਹਾਡੇ ਪਿੱਛੇ ਪਿੱਛੇ ਆਉਣਗੇ ਤਦ ਤੱਕ ਜਦ ਤੱਕ ਤੁਸੀਂ ਉਸ ਚੀਜ਼ ਨੂੰ ਆਪਣੇ ਤੋਂ ਨਹੀਂ ਨਿਕਾਲੋ। ਵਨ ਆਫ ਦ ਬੈਸਟ ਨੋਨ ਵਰਸਸ ਅਬਾਊਟ ਗੋਡਸ ਫੇਥਫੁਲਨੈਸ ਇਜ਼ ਲੈਮੈਂਟੇਸ਼ਨਸ 3:22-23। ਇੱਕ ਵਚਨ ਜਿਹੜਾ ਬੜਾ ਜਾਣਾ ਮਾਣਾ ਹੈਗਾ ਉਹ ਲੈਮੈਂਟੇਸ਼ਨਸ 3:22-23 ਹੈਗਾ। ਇਟ ਸੇਸ ਇਟ ਇਜ਼ ਆਫ ਦ ਲਾਰਡਸ ਮਰਸੀਜ਼ ਦੈਟ ਵੀ ਆਰ ਨਾਟ ਕੰਜ਼ਿਊਮਡ ਬਿਕੋਜ਼ ਹਿਸ ਕੰਪੈਸ਼ਨਸ ਫੇਲ ਨਾਟ, ਦੇ ਆਰ ਨਿਊ ਐਵਰੀ ਮਾਰਨਿੰਗ, ਗ੍ਰੇਟ ਇਜ਼ ਥਾਈ ਫੇਥਫੁਲਨੈਸ। या यहोवा की दया का कारण है कि हम भस्म नहीं होते क्योंकि उनकी उसकी करुणा निष्फल नहीं होती। दैट इज़ द ट्रूथ, गॉड इज फेथफुल। ये सत्य है कि परमेश्वर विश्वासयोग्य है। मेनी टाइम्स इन स्क्रिप्चर इट हैज बीन सेड गॉड इज फेथफुल और टॉक्स अबाउट हिज फेथफुलनेस। वचन के अंदर बार बार जो कहा गया कि परमेश्वर विश्वासयोग्य है। साम 36:5 द बाइबल सेज। ਭਜਨ ਸਹਿਤਾ 36:5 ਲਿਖਿਆ, ਥਾਈ ਮਰਸੀ ਓ ਲਾਰਡ ਇਜ਼ ਇਨ ਦ ਹੈਵਨਸ ਐਂਡ ਥਾਈ ਫੇਥਫੁਲਨੈਸ ਰੀਚਸ ਐਂਡ ਰੀਚਸ ਅਨ ਟੂ ਦ ਕਲਾਉਡਸ। ਹੇ ਯਹੋਵਾ, ਤੇਰੀ ਕਰੁਣਾ ਸਵਰਗ ਮੇ ਹੈ, ਤੇਰੀ ਸੱਚਾਈ ਆਕਾਸ਼ ਮੰਡਲ ਤੱਕ ਪਹੁੰਚੀ ਹੈ। ਗੋਡ ਦ ਸਕ੍ਰਿਪਚਰ ਸਪੀਕਸ ਆਫ ਗੋਡਸ ਫੇਥਫੁਲਨੈਸ ਇਨ ਗ੍ਰੇਟ ਟਰਮਸ, ਇਨ ਲਾਰਜ ਟਰਮਸ। ਪਰਮੇਸ਼ਵਰ ਦੇ ਵਚਨ ਦੇ ਅੰਦਰ ਜਿਹੜਾ ਹੈਗਾ ਉਹਨਾਂ ਦੀ ਵਿਸ਼ਵਾਸ ਯੋਗਤਾ ਜਿਹੜੀ ਹੈਗੀ ਹੈ ਬਹੁਤ ਵੱਡੇ ਵੱਡੇ ਅਕਸ਼ਰਾਂ 'ਚ ਕਹੀ ਗਈ ਹੈ। ਇਟਸ ਹਾਰਡ ਟੂ ਡਿਸਕ੍ਰਾਈਬ ਇਟ ਇਨ ਹਿਊਮਨ ਲੈਂਗੁਏਜ। ਇਨਸਾਨੀ ਭਾਸ਼ਾ ਦੇ ਅੰਦਰ ਜਿਹੜਾ ਹੈਗਾ ਉਹਨੂੰ ਸਮਝਾਉਣਾ ਮੁਸ਼ਕਿਲ ਹੈ। ਇਟ ਆਲਸੋ ਟਾਕਸ ਅਬਾਊਟ ਲਾਰਡ ਜੀਸਸ ਆਲਸੋ ਅਬਾਊਟ ਹਿਸ ਫੇਥਫੁਲਨੈਸ। ਉਸ ਇਹਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਪ੍ਰਭੂ ਯਸੂ ਦੇ ਬਾਰੇ 'ਚ ਵੀ ਕਿਹਾ ਗਿਆ ਹੈਗਾ ਕਿ ਉਹ ਵਿਸ਼ਵਾਸਯੋਗ ਹੈਗੇ। ਹਿਬਰੂਜ਼ 2:17। ਇਬਰਾਨੀਆਂ 2:17। ਹੀ ਇਜ਼ ਅ ਮਰਸੀਫੁਲ ਐਂਡ ਅ ਫੇਥਫੁਲ ਹਾਈ ਪ੍ਰੀਸਟ। Hebrews 2:17। इसलिए सब बातों में उसे उनके भाइयों को समान बनाना कि वह परमेश्वर से संबंधित बातों में एक दयालु और विश्वास योग्य महायाजक ठहरे। मर्सीफुल एंड फेथफुल हाई प्रीस्ट। दयालु और विश्वास योग्य। इन रेवलेशन 1:5।
प्रकाशित वाक्य 1:5 च लिखा है, एंड फ्रॉम जीसस क्राइस्ट हु इज द फेथफुल विटनेस, और यीशु मसीह की ओर से जो विश्वास योग्य साक्षी। गॉड इज द फादर, गॉड द फादर इज फेथफुल, पिता परमेश्वर विश्वास योग्य है। लॉर्ड जीसस इज फेथफुल, प्रभु यीशु विश्वास योग्य है। बीइंग फेथफुल इज द नेचर ऑफ गॉड, विश्वास योग्य होना जिहड़ा हैगा उहनां दी प्रकृति हैगी है। वी ऑलवेज टॉक अबाउट गॉड बीइंग लव, असीं हमेशा गल करने के परमेश्वर प्रेम है, बट बाइबल स्पीक्स अबाउट गॉड्स फेथफुलनेस मोर देन हिज अदर एट्रीब्यूट्स, लेकिन बाइबल के अंदर जिहड़ा हैगा उहनां दे विश्वास योग होना जिहड़ा हैगा ज़्यादा वर्णन किया गया। देयर इज ऑल्सो दिस क्वेश्चन वी आर नीड टू आस्क, फेथफुल टू वॉट, कि सानू यह सवाल पूछना हैगा कि वह किस चीज़ नू विश्वास योग्य है। वी जस्ट सॉ ड्यूटरोनमी 7:9, असी ड्यूटरोनमी 7:9 देखिया, इट सेज द फेथफुल गॉड हु कीप्स कवेनेंट एंड मर्सी फॉर 1,000 जनरेशंस विद दोज हु लव हिम एंड कीप हिज कमांडमेंट्स। इसलिए जान रखिए तेरा परमेश्वर यहोवा ही परमेश्वर है, वह विश्वास योग्य ईश्वर है, और जो उससे प्रेम रखते और उसकी आज्ञाओं को मानते हैं उनके साथ वह 1,000 पीढ़ी तक अपनी वाचा पालता है। He is faithful to his covenant, कि उन्होंने अपने वाचन जिहड़ा हैगा विश्वास योग्य है। He is faithful to his promises, कि जो उन्होंने प्रोमिस किए हैगे उन्होंने विश्वास योग्य है। His promises are guarantee which you can take to the bank, उन्होंने जिहड़े प्रोमिस हैगे ने एवं जी गारंटी हैगी है जिहड़ा तुसी बैंक लेके आ जाते। The Bible is full of his promises, बाइबल के अंदर उन्होंने प्रोमिस भरे हुए हैं। To get a guaranteed answer for your prayer, there is a simple thumb rule. अपनी प्रार्थनावां दा पक्का तुहानू उत्तर मिले ओदा एक सिंपल रूल हैगा। Find a promise in the Bible that applies to your situation. के बाइबल दे अंदर कोई एक प्रॉमिस देखो परमेश्वर दा जेड़ी तुहाडी सिचुएशन नू अप्लाई करदा। And approach God in prayer. और परमेश्वर नू प्रार्थना च लेके जाओ। You will see the demonstration of his faithfulness. तुसी देखोगे वो किस तरह विश्वास योग्य होंदे ने। Mueller did this. Mueller ने ये किया। And he got 50,000 recorded answers for his prayers. और 50,000 जिहड़े हैगे उन्हां दी प्रार्थनावां दे उत्तर मिले उन्हां नूं। Genesis 17 records a conversation between God and Abraham. Genesis 17 दे अंदर जाएगा परमेश्वर और अब्राहम दे बारे च क्या गया कोई की गल्लां होईयां उन्हां दीयां। There God told Abraham, I will make a covenant with you. उत्थे परमेश्वर ने कहा कि मैं तेरे नाल जिहड़ा एक वाचा बनावांगा। And he said, I will make you exceedingly fruitful. और मैं तेनू जिहड़ा हैगा बहुत आयती जिहड़ा हैगा फलदायक बनावांगा। Your descendants will be like the stars of the sky. तेरे बच्चे जिहड़े होणगे इन्ने ढेर सारे होणगे जिन्ने आसमान दे उत्ते सितारे ने। But he gave him a land which was 1/10 of this great descendants. लेकिन जिहड़ी जगह दित्ती वो एक 1/10 हैगी सी जिन्हें जगह जिन्हें लोग कहे सी के होंगे तेरी संताना। यू सी देन ही सेड दैट दे विल बी इन यू नो इन फॉरेन लैंड फॉर 400 ऑड इयर्स। ते परमेश्वर ने उन्होंने दसा अब्राहम नु के तेरी संतान जड़े हैगे 400 साल तक दूजे देश जाके रहनगे। वी फास्ट फॉरवर्ड टू मोसेस, असी अगे चलने हैगे मूसा दे समय। एक्सोडस 3:7-8 Exodus 3:7-8 He says to Moses, I have surely seen the oppression of my people who are in Egypt, and I have heard their cry because of their taskmasters, for I know their sorrows. So I have come down to deliver them out of the hand of the Egyptians and bring them from the land to a good and large land, to a land flowing with milk and honey. फिर यहोवा ने कहा, मैंने अपनी प्रजा के लोग को जो मिस्र में हैं उनके दुख को निश्चय देखा है और उनकी जो चिल्लाहट परिश्रम कराने वाली को कारण होती है उनको भी मैंने सुना है और उनकी पीड़ा पर मैंने चित लगाया है। इसलिए अब मैं उतर आया हूँ कि उसमें मिस्रियों वश से छुटवाऊँ और उस देश से निकालकर एक अच्छे और ऐसे देश में लेके जाऊँ जिसमें दूध और मधु की धारा बहती है, अर्थात कनानी, हिती, एमारी, परिजी, हिवी और यूबियों लोगों के स्थान में पहुंचा हूं। God remembered his promise to Abraham. परमेश्वर ने जो अब्राहम ने अपना प्रॉमिस दिता सी उन्होंने याद रहा। And he was going to keep it. और उन्हें जड़ा है पूरा उतारन आए। God faithfully keeps his promises. परमेश्वर जड़ा है अपने जिन्हें भी प्रॉमिस हैं उन्होंने विश्वास हो गए पूरा कर देना। As you discover the promise, write it down. जिस तरह तुहानू कोई प्रॉमिस नज़र आंदा हैगा परमेश्वर दे वचन च उन्हों लिख लो। इट इज़ गॉड्स गारंटी फॉर अस, ए परमेश्वर दी गारंटी हैगी साडे वास्ते। इफ वी सिन देयर इज़ अ गारंटी ऑफ फॉरगिवनेस,
जे असी पाप करने हैगे तो गारंटी हैगी कि सानू माफ करन। 1 John 1:9 एक यूहन्ना 1:9 च लिखा इफ वी कन्फेस आवर सिंस जे असी पाप जड़ा हैगा उन्हें सामने रखांगे ही इज फेथफुल एंड जस्ट टू फॉरगिव आवर सिंस वो विश्वासयोग्य हैगे कि वो सानू जड़ा हैगा वो पाप माफ कर देंगे। यू सी द वर्ड फेथफुल अगेन उत्थे देखो तुसी विश्वासयोग्य इज अ फेथफुल गॉड वो विश्वासयोग्य परमेश्वर ने। 1 Thessalonians 5:23-24 पहला थिस्सलुनीकियों 5:23-24 लिखा है पॉल प्रेज दैट द वेरी गॉड ऑफ पीस सैंक्टिफाई यू होली एंड आई प्रे गॉड योर होल स्पिरिट एंड सोल एंड बॉडी बी प्रिजर्व्ड ब्लेमलेस अनटू द कमिंग ऑफ आवर लॉर्ड जीसस Christ, faithful is he that calleth you, who will also do it. शांति का परमेश्वर आप ही तुम्हें पूरी रीति से पवित्र करे और तुम्हारी आत्मा और प्राण और देह हमारे प्रभु यीशु मसीह के आने तक पूरे पूरे और निर्दोष सुरक्षित रहें। विश्वास योग्य वह है जो तुम्हें बुलाता है वह भी करेगा। If you are tempted, there is another faithful promise from God. जे तुहानू कोई लुभोंदा हैगा तो परमेश्वर ने एक और वचन दिता है 1 Corinthians 10:13 पहला कोरिंथियों 10:13 There has no temptation taken you but such as common to man but God is let me hear faithful tell the person next to you God is faithful पर ऐसी कोई परीक्षा में नहीं हम पढ़े जो मनुष्य के सहने से बाहर है लेकिन परमेश्वर सच्चे हैं He will make a way in the temptation. कोई राह निकालेंगे वो दे अंदर जड़ा। God's promise is there. परमेश्वर दा promise है So when you are tempted, don't look at the temptation, look at the way that God has promised. He is faithful to show you the way. Hallelujah. Amen. Amen. Let's get excited about God's faithfulness. You see, God has promised to take us back with Him. परमेश्वर ने प्रॉमिस किया है कि वो सानू अपने नाल वापस लेके जाएंगे। God is the faithful one. परमेश्वर विश्वासी योग्य है। Jeremiah was right. Great is thy faithfulness, O Lord. यरमाया ने सही कहा है कि परमेश्वर तुम्हारी विश्वासी योग्यता बहुत ऊपर है। Every promise in the Bible, God's unchangeable fact that He is faithful is present in that promise. परमेश्वर के जिन्हें भी प्रॉमिस है कि वो बिल्कुल नहीं बदल सकते हैं, ये सत्य हैगा। So Diligently search the scriptures and be bold to claim the promise. ते तुसी जड़ा हैगा परमेश्वर दे वचन नु जड़ा हैगा लभदे रहो जो जो प्रॉमिस हैगे तुहाडी सिचुएशन च अप्लाई हुंदे। The second point, the unintended consequences. के परमेश्वर दी विश्वासी योग्यता दे की कॉन्सिक्वेंसेस हैगे जड़े होंगे ही। Because great is his faithfulness, the consequence of not depending on his word is also great for us. क्योंकि उन्होंने विश्वासी योग्यता वड्डी हैगी है जे असी उन्होंने वचन के हिसाब नाल नहीं चलते हैगे तो उहदे भी जो फल निकलेगा वो भी वड्डा ही होएगा। वी डोंट हैव द पेशेंस नॉर द इनक्लीनेशन नॉर द ड्राइव टू ट्रस्ट गॉड टिल द एंड साढ़े अंदर वो धीरज नहीं हैगा कि असी परमेश्वर के उत्ते जिहड़ा विश्वास पाईए अंत तक। यू सी गॉड्स प्रोमिसिस विल वर्क वैन यू डिपेंड ऑन दैम परमेश्वर दे प्रॉमिस तब तद कम करेंगे जब तुसी ओदे उत्ते निर्भर रहोगे। But not waiting or doubting that promise will have some unintended consequences. लेकिन जे तुसी उन्हां दा इंतजार नहीं करदे हैगे और तुसी उन्हां दे विश्वास नहीं पांदे हैगे तो ओदे कोई ना कोई जिहड़ा फल निकलेगा ओदा। When you look at the life of Abraham, अब्राहम दे जीवन नूं देखो। There are many times Abraham questioned God's faithfulness. अब्राहम ने कई बार जिहड़ा परमेश्वर दी विश्वासी योग्यता नूं जिहड़ा सवाल किया। God had promised the stars like descendants. उन्हां नूं क्या हैगा परमेश्वर ने क्या हैगा सी कि तेरे संतानां इन्नियां होणगी जिन्ने सितारे हैगे ने। But here Sarah was barren. लेकिन इत्थे सेरा जिहड़ी हैगी बंजर सी। Not only barren, but she had stopped the bearing, she was past the bearing age. ओदे ना तो संतान हैगी सी और जिहड़े गए जिस उम्र के अंदर जिहड़े गए औरतां संतान करदी है गर्भवती होंदी है वो उम्र निकल चुकी सी उहदी। Rather than trust God, ये बनस्पत के परमेश्वर दे उत्ते वो भरोसा रखे। Sarah and Abraham brought Hagar into the picture. सेरा और अब्राहम ने जिहड़ा हैगा हेगर नूं जिहड़ा हैगा लियाए विच। हेगर गेव अ सन टू अब्राहम। हेगर ने एक संतान दित्ती अब्राहम नूं। बट अब्राहम एंड हिज डिसेंडेंट्स हैव नॉट बीन एट पीस फ्रॉम दैट टाइम टिल नाउ। लेकिन अब्राहम और वो बच्चे जिहड़े हैगे संतान जिहड़ी हैगियां तद तक उस हेगर दे संतान दे नाल शांति च नहीं रहे। अब्राहम पेड द प्राइस ऑफ क्वेश्चनिंग द फेथफुलनेस ऑफ गॉड।
अब्राहम ने जिहड़ा जो परमेश्वर की विश्वासी योग्यता नूं सवाल किया उहदा जिहड़ा हैगा मुल हुण तक चुकांदा पिया। टेक हिज डिसेंडेंट्स दे वर इन इजिप्ट दे वर अंडर बॉन्डेज। उहदी जिहड़ी संतानां हैगियां सन उह इजिप्ट गए हैगे मिस्र देश और उत्थे जिहड़ा हैगा दास बने होए सी। दे थॉट गॉड हैज फॉरसेकन देम। उन्होंने सोचा कि परमेश्वर उन्होंने भुला चुका है। इन द 400 ईयर्स दे हैड ऑलमोस्ट फॉरगॉटन गॉड। 400 सालों के अंदर उत्थे जिहड़ा हैगा रहंदे हुए भूल चुके सी परमेश्वर नूं। दे डिडंट इवन थिंक गॉड इज गोइंग टू डिलीवर देम। उन्होंने यह भी नहीं सोचा कि परमेश्वर उन्होंने उन्हों उत्थों छुड़ाएगा। इवन व्हेन ही सेंट मोसेस दे डिड नॉट ट्रस्ट हिम। मूसा नूं भेजा ते उहदे तों भी जिहड़ा हैगा उन्होंने भरोसा नहीं किया। बट यू सी द कॉन्सिक्वेंस द होल जनरेशन डाइड इन द डेजर्ट for in the 40 years. लेकिन ओदा जिहड़ा हैगा अंजाम की होया कि उस सारी दी सारी पीढ़ी जिहड़ी हैगी सी रेगिस्तान दे अंदर जिहड़ा हैगा वो मर गए। Oh, it is human nature to question God's faithfulness. ए साडे सुभाव दे अंदर हैगा कि असीं परमेश्वर दी विश्वास योग्यता नूं जिहड़ा हैगा सवाल करने आ। That's what Peter says, 2 Peter 3:3-4. दूजा पत्रस 3:3-4 दे अंदर भी पत्रस ने ही कहा है। Knowing this first, that there shall come in the last days scoffers walking after their own lusts and saying, where is the promise of his coming? For since the fathers fell asleep, all things continue as they were from the beginning of creation. पहले ये जानकर कि अंत के दिनों में ठट्ठा करने वाले आएंगे जो आपकी ही अभिलाषाओं के अनुसार चलेंगे और कहेंगे उसके आने की प्रतीक्षा कहाँ गई, क्योंकि जब से बाप दादा सो गए हैं तब से सब कुछ वैसा ही है जैसा सृष्टि के आरंभ से था। दीज डेज नोबडी ट्रस्ट गॉड द फेथफुलनेस ऑफ गॉड। इस वेले अज के दिनों के अंदर जिहड़ा है परमेश्वर की विश्वास योग्यता के उत्ते कोई भरोसा नहीं करता। दे क्वेश्चन हिज प्रोमिसिज। उन्होंने प्रोमिसिज नूं जिहड़ा है हमेशा सवाल करते। व्हाट अबाउट अस बिलीवर्स। जिस तरह साढ़े असी विश्वासी है वह भी डोंट वी क्वेश्चन गॉड्स फेथफुलनेस टू। कि असी नहीं पूछते सवाल करते जो उठाते उसे। वी ऑलवेज ग्रंबल लॉर्ड ऑल द टाइम देर इज सिन दिस एंड दैट ऑल दिस सफरिंग वाई लॉर्ड वाई। वी क्वेश्चन गॉड्स फेथफुलनेस। असी परमेश्वर की विश्वास योग्यता इस तरह सवाल करते हैं उठाने हैं कि असी कहने कि इन्ना पाप हैगा इन्ना दुख हैगा तो क्यों। वेयर इज गॉड व्हेन आई नीड हिम। दैट इज अ फेमस क्वेश्चन। एक बड़ा अच्छा जो सवाल जो बहुत ज़्यादा मशहूर है वह है कि परमेश्वर जो मैं लोड़ हैगी तुसी कित्थे हो। लेट अस फेस इट। असी ये जो सामना वी ऑल हैव अवर मोमेंट्स वैन वी क्वेश्चन गॉड्स फेथफुलनेस। ये असी सामना करने कि हमेशा हर इंसान के जीवन के अंदर एवं जी चीज़ आती है कि भी परमेश्वर की विश्वास योग्यता असी जो सवाल उठाने। इट इज़ अवर फॉलन नेचर। ये साडा गिरा हुआ प्रकृति स्वभाव हैगा। When the problems come, we think the problems are so big and God becomes very small. जदो दुविधा आंदी हैगी ते असी सोचने हैगी कि साडी दुविधा जिहड़ी हैगी बहुत वड्डी है परमेश्वर बहुत छोटा। But in spite of all our doubts, our grumblings, our complaints, God is still faithful. लेकिन साढ़े दिमाग के अंदर जिन्हें भी सवाल आन उठन परमेश्वर लेकिन तद भी जिहड़ा हैगा विश्वास योग्य हैगा। You know, let us trust God with all our heart. असी भरोसा करिए परमेश्वर के उत्ते पूरे दिल दे नाल। लेट अस नॉट हैव दिस अनइंटेंडेड कॉन्सिक्वेंस ऑफ क्रिएटिंग सम बिगर प्रॉब्लम बिकॉज वी डिड नॉट ट्रस्ट गॉड। जदों असी परमेश्वर के उत्ते भरोसा नहीं करते हैं तो उहदा जिहड़ा हैगा कोई वड्डा फल गलत फल जिहड़ा हैगा साडे जीवन च आंदा उहनूं असी अवॉइड करिए। द थर्ड थिंग इज देर इज अनशेकेबल प्रूफ एविडेंस इन द बाइबल अबाउट गॉड्स फेथफुलनेस। परमेश्वर के वचन के अंदर जिहड़ा हैगा ना हिलन वाले जिहड़े हैगे इहदे अंदर प्रूफ हैगे परमेश्वर के वचन के अंदर। अब्राहम्स चिल्ड्रन वर टेस्टेड अलोंग द डेजर्ट। अब्राहम की संतान जिहड़ी हैगी उन्होंने रेगिस्तान के अंदर कई बार परीक्षा का सामना। मे बी यू हैव सम डाउट्स इन योर लाइफ टू। हो सकता है तुहाडे मन के अंदर कई सवाल उठते हो। देयर इज अनशेकेबल प्रूफ इन द बाइबल। लेकिन बाइबल के अंदर जिहड़ा हैगा ना हिलन वाले प्रूफ हैगे ने। लेट अस लिसन टू जोशुआस ओपिनियन अबाउट द फेथफुलनेस ऑफ गॉड। असी देखने हैं कि जोशुआ ने जिहड़ा हैगा परमेश्वर की विश्वास योग्यता नूं की किया। जोशुआ 23:14। जोशुआ 23:14 च लिखा है, एंड बिहोल्ड दिस डे आई एम गोइंग द वेज ऑफ ऑल द अर्थ and ye know in all your hearts and in all your souls that not one thing hath failed of all the good things which the Lord your God spake concerning you, all are come to pass and not one thing has failed thereof. सुनो, मैं तो अब सब संसारियों की गति पर जाने वाला हूँ और तुम सब अपने अपने हृदय और मन में जानते हो कि जितनी भलाई की बातें हमारे परमेश्वर यहोवा ने हमारे विषय में कहीं उनमें से एक भी बिना पूरी हुए नहीं रही। वे सब ही सब तुम पर घट गई हैं,
उनमें से एक भी बिना पूरे पूरी हुए नहीं रही. Joshua took an army into a nation to take over as per God's promise. परमेश्वर के वचन के हिसाब से जो है जोशुआ अपनी आर्मी लेके गया दूजे देश के उत्ते. He died when he was about 114 years. उसकी मृत्यु 114 की उम्र हुई. And he said in about just before he died, God is faith. God has faithfully kept every promise. उन्हें कहा कि परमेश्वर ने जो है विश्वास योग्यता दिखाते हुए हर एक प्रॉमिस नु पूरा किया. Here we are, the inheritors of the promises of God. इत्थे असी हैगे हैं जो उत्तराधिकारी हैगे हैं परमेश्वर ने जो प्रॉमिस दिते उन्हां दे सारी. We are a great company of people. असी बहुत ज़्यादा तादाद दे अंदर लोग ना. Like the stars in the sky. जिस तरह सितारे हैगे आसमान ते. We possess the land of Canaan. असी कानन दी जिहड़ी जगह हैगी है लैंड हैगी है उन्हूं असी पोजेस करने आ. God will prove himself faithful to his promises. परमेश्वर जिहड़ा है इस चीज़ नूं फिर साबित करनगे कि वह विश्वास योग्य है. God keeps his word. परमेश्वर अपने वचन नूं रखदे ने. He may test us. ओ परीक्षा लैन. He may try us. सानू जिहड़ा है ट्राई करनगे. But he will always be faithful. लेकिन वह हमेशा विश्वास योग्य रहनगे. You see, he promised a redeemer. He sent the redeemer in the right time. उन्होंने सानू जिहड़ा है छुड़ान वाला जिहड़ा है मसीहा भेजने का उन्होंने प्रोमिस किया सी और भेजा भी. The promise was in Genesis and it fulfilled in the book of Matthew, Mark, Luke and John. और जेनेसिस उत्पत्ति की जी किताब हैगी अंदर वो प्रोमिस किया गया सी लेकिन उन जिहड़ा है गॉस्पल्स के अंदर जिहड़ा है पूरा किया. 365 prophecies of Lord Jesus Christ were fulfilled when Lord Jesus came. 365 जिहड़ी हैगीआं भविष्यवाणियां जिहड़ी हैगीआं प्रभु यीशु दे बारे च पूरियां होईआं उन्हां दे जीवन दे अंदर. God is faithful. I am not satisfied even if I tell it a million times. परमेश्वर विश्वासी योग्य हैगे कि मैं लखां वार भी कहां तां भी जिहड़ा हैगा इह पूरी नहीं होएगी. As he has promised, he is perfecting us now. जिस तरह उन्होंने प्रोमिस किया हैगा साडे अंदर जिहड़ा काम करदे पए हैगे ने ओह. Some things are painful. कई चीज़ां जिहड़ी हैगी दर्दनाक होंदीआं. Some things are noisy. कई शोर शराबा मचांदियां. इमेजिन स्कल्पचर कार्विंग इमेज आउट ऑफ अ ब्लॉक ऑफ मार्बल. सोचो कि मार्बल दे पीस दे अंदर जिहड़ा हैगा एक तराशकारी करन वाला जिहड़ा हैगा उहदे अंदर बनांदा पिया हैगा कोई मूरत. इज चिपिंग समवेयर. वो किथे ना किथे जिहड़ा हैगा अपनी चिप कर रहा. इज पॉलिशिंग समवेयर. किथे पॉलिश कर रहा. इज लुकिंग एट दिस वे दैट वे एंड सेइंग ओ दिस इज नॉट गुड एंड देन ही पॉलिशेस देयर. ऊपर रखता पिया हैगा इधर देख के कि भी इत्थे ठीक नहीं इत्थे वो ठीक नहीं. So the image is being formed into this image of his son. ताकि वो छवि जिहड़ी हैगी है अपने पुत्र प्रभु यीशु मसीह दे नाच उन्हां दे स्वरूप बने. Sometimes he'll use painful people. कई बार जिहड़ा हैगा दर्द देन वाले लोकां नूं साडे जीवन च लियांदे. Pain in the neck. जिन्हों असी कहने हैगे दर्द नक. We think pain in the neck is today's term. No, it was used in Genesis in Exodus. ये असी सोचने कि आज दी तरीके च इस्तेमाल होंदा हैगा पेन इन द नेक लेकिन एग्जोडस च होया सी. इट सेड इफ यू डोंट थ्रो अवे दिस पीपल दे विल बी लाइक थॉर्न्स इन योर फ्लैश. उत्थे लिखिया हैगा कि ये लोगों नु जे इस जमीन ते जिहड़ा है तुसी जा रहे हैगे ओ उत्थों नहीं कढोगे ते तुहानू जिहड़ा हैगा कंडे वक्कन होणगे तुहाडे शरीर. यू समटाइम्स टॉलरेट सिकनेस. कई वारी जिहड़ा हैगा तुहानू बीमारी होंदी है कि तुसी यू टॉलरेट पेन. कई बार पेन नूं ही टॉलरेट करना. बट अ पर्सन पोकिंग यू कॉन्स्टेंटली यू विल नेवर टॉलरेट. लेकिन तुहानू बार बार कोई जिहड़ा हैगा करदा रहे पोक करदा रहे तो वह चीज़ जिहड़ी हैगी है बिल्कुल वो नहीं होंदी. बट समटाइम लुक एट इट दैट गॉड इज यू नो चिपिंग अवे समथिंग सो यूज इट फॉर योर बेनीफिट. लेकिन जिहड़ा हैगा इहनूं सानू इस तरह देखना हैगा कि परमेश्वर साडे कोलों जिहड़ा हैगा वो चिप कर रहे ने सानू तराशदे पए ने. द पेन गॉड अलाउज इज पार्ट ऑफ गॉड्स फेथफुलनेस टू. दर्द जिहड़ा साडे जीवन दे अंदर परमेश्वर जिहड़ा हैगा आन दिंदे हैगे वह भी उन्हां दी विश्वास योग्यता हैगी है. वी हैव सीन द अनचेंजेबल फैक्ट. असी देखिया है कि वह सत्य जिहड़ा बदल नहीं सकदा. अनइंटेंडेड कॉन्सीक्वेंस. कि वह जिहड़े कॉन्सीक्वेंस होंदे ने जदों असी उन्हां दी गल नहीं मन्नदे. अनशेकेबल प्रूफ. और वह जिहड़ा प्रूफ जिन्नू हिला नहीं सकदे असी. नाउ वी कम टू द फोर्थ पॉइंट अनफॉरगेटेबल लेसन. और असी जिहड़ा हैगा हुण वह परीक्षा लैसन जिन्नू असी भुल नहीं सकदे. वी हैव सीन गॉड्स फेथफुलनेस. असी देखिया परमेश्वर दी विश्वास योग्यता. सो हाउ वी हिज पीपल शुड बी इन दिस वर्ल्ड. ते असी उना दे जन जिहड़े उना दे नाम बुलाए जाने हैगे आ सानू किस तरह अपना वर्ताव करना चाहिए. देयर इज ओनली वन आंसर. सिर्फ एको उत्तर है. वी हैव टू बी फेथफुल. सानू भी जिहड़ा है विश्वास योग्य होना. बिकॉज़ अल्टीमेटली ही टेल्स वेल डन माय गुड एंड
faithful servant. क्योंकि अंत चो ही कहते हैं कि मेरे अच्छे और विश्वास योग्य दास. Today I want you to think in yourself, am I faithful to God in everything? सानू आज ये सोचना है मंथन करना है कि भाई असी विश्वास योग्य है परमेश्वर के वचन. Will he tell me, well done my good and faithful servant, if I sit at home and do nothing? जे मैं घर बह के कुछ नहीं करता है तो वो मैं कहेंगे कि हाँ भी तू मेरा अच्छा और विश्वास योग्य दास है. Revelation 2:10, he was talking to the church at Smyrna. Revelation 2:10 के अंदर जो है स्मरना की कलीसिया जो है परमेश्वर कहते पे. Fear none of those things which thou shalt suffer. Behold, the devil will cast some of you in prison that he may be tried. He shall have tribulation 10 days. Be thou faithful unto death, and I will give thee a crown of life. जो दुख तुझको झेलने होंगे उनसे मत डर, क्योंकि देखो शैतान तुम में से कितनों को जेल खाने में डालने पर है ताकि तुम परखे जाओ, और तुम्हें 10 दिन तक क्लेश उठाने होंगे. प्राण देने तक विश्वासी रह तो मैं तुझे जीवन का मुकुट दूंगा. प्रिजन कैन बी प्रिजन ऑफ द माइंड, प्रिजन कैन बी प्रिजन यू आर इन अ सिचुएशन वेयर इट इज लाइक अ प्रिजन. Prison can be anything. Scripture doesn't specify certain things. परमेश्वर के वचन के अंदर जिहड़ा जेल क्या है वह दिमागी भी हो सकता है या कोई वाकई जेल हो सकता है. 1 Corinthians 4:2, the Bible clearly says, moreover it is required in stewards that a man be found faithful. पहले कुरिन्थी 4:2 के अंदर लिखा है कि फिर यहाँ भंडारी में यह बात देखी गई है कि विश्वास योग्य निकलें. We talk so much, oh believers, you should so love. असी कहने हैं कि विश्वासी जिहड़ा हैगा प्यार करना चाहिदा. That is nothing wrong with that. उहदे च कोई गलत चीज़ नहीं हैगी. But many of us don't talk about being faithful. असी कई बारी जिहड़ा हैगा गल नहीं करदे विश्वास योग्यता होना. It's equally important. उन्ना ही जरूरी है. Under love you can hide so many things. प्यार दे प्रेम दे थल्ले जड़ी बढ़िया चीज़ें तुसी छुपा सकते हो. You can show love outside, inside you are burning. You can be like that also. ਤੁਸੀਂ ਜਿਹੜਾ ਹੈਗਾ ਦਿਖਾ ਸਕਦੇ ਹੋ ਕਿ ਬਾਹਰੀ ਰੂਪ ਦੇ ਅੰਦਰ ਤੁਸੀਂ ਪਿਆਰ ਕਰ ਰਹੇ ਹੋ, ਅੰਦਰੋਂ ਤੁਹਾਨੂੰ ਈਰਸ਼ਾ ਹੁੰਦੀ ਪਈ ਹੈ. ਬਟ ਫੇਥਫੁਲਨੈਸ ਵਿਲ ਬ੍ਰਿੰਗ ਆਊਟ ਵਾਟ ਇਜ਼ ਇਨਸਾਈਡ. ਲੇਕਿਨ ਵਿਸ਼ਵਾਸ ਯੋਗਿਤਾ ਉਹ ਬਾਹਰ ਕੱਢੇਗੀ ਜੋ ਅੰਦਰ ਹੈਗਾ. ਗੋਡ ਕਾਲਸ ਅਸ ਟੂ ਬੀ ਫੇਥਫੁਲ. ਪਰਮੇਸ਼ਵਰ ਬੁਲਾਉਂਦਾ ਹੈਗਾ ਸਾਨੂੰ ਕਿ ਅਸੀਂ ਵਿਸ਼ਵਾਸ ਯੋਗੇ ਹੋ. ਗੋਡ ਮੇਕਸ ਪ੍ਰੋਵੀਜ਼ਨ ਫੋਰ ਅਸ ਟੂ ਬੀ ਫੇਥਫੁਲ. ਪਰਮੇਸ਼ਵਰ ਇਹ ਸਾਡੇ ਰਸਤੇ ਕੱਢਦਾ ਹੈਗਾ ਕਿ ਅਸੀਂ ਜਿਹੜਾ ਹੈਗਾ ਵਿਸ਼ਵਾਸ ਯੋਗਿਤਾ. ਇਟਸ ਵਨ ਆਫ ਦ ਗਿਫਟਸ ਆਫ ਦ ਹੋਲੀ ਸਪਿਰਿਟ. ਪਵਿੱਤਰ ਆਤਮਾ ਦੇ ਜਿਹੜੇ ਤੋਹਫੇ ਹੈਗੇ ਨੇ ਉਹ ਇੱਕ ਹੈਗਾ. Galatians 5:22 the Bible says. ਗਲਾਤੀਆਂ 5:22 ਚ ਲਿਖਿਆ. But the fruit of the spirit is love, joy, peace, long suffering, gentleness, goodness, faith. ਪਰੰਤੂ ਆਤਮਾ ਦਾ ਫਲ ਪ੍ਰੇਮ, ਆਨੰਦ, ਮੇਲ, ਧੀਰਜ, ਨਮਰਤਾ, ਭਲਾਈ, ਵਿਸ਼ਵਾਸ ਹੈ. This faith in this is a character, it is a adjective, it is faithfulness. ਇਹ ਵਿਸ਼ਵਾਸੀ ਯੋਗਿਤਾ ਜਿਹੜੀ ਹੈਗੀ ਹੈ ਇਹ ਐਬਜੈਕਟਿਵ ਹੈਗਾ ਜੋ ਦੱਸਦਾ ਹੈਗਾ ਕਿ ਇਹ ਕੁਆਲਿਟੀ ਸਾਡੇ 'ਚ ਕੀ ਹੈਗੀ. ਵੈਨ ਯੂ ਗਿਵ ਯੂਅਰ ਹਾਰਟ ਟੂ ਲਾਰਡ ਜੀਸਸ ਕ੍ਰਾਈਸਟ ਦ ਲਾਰਡ ਹੋਲੀ ਸਪਿਰਿਟ ਕਮਸ ਹੀ ਵਿਲ ਰਿਸਾਈਡ ਇਨ ਅਸ ਐਂਡ ਹੀ ਵਿਲ ਸਟਾਰਟ ਟੂ ਡਿਵੈਲਪ ਦੀਸ ਗਿਫਟਸ ਇਨ ਆਵਰ ਲਾਈਵਸ. ਜਦੋਂ ਅਸੀਂ ਆਪਣਾ ਜੀਵਨ ਪ੍ਰਭੂ ਯਸੂ ਨੂੰ ਦੇਣੇ ਹੈਗੇ ਹਾਂ ਤਾਂ ਪਵਿੱਤਰ ਆਤਮਾ ਸਾਡੇ ਅੰਦਰ ਆ ਕੇ ਵਾਸ ਕਰਦਾ ਹੈਗਾ ਔਰ ਇਹ ਸਭ ਅੱਛੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਅੰਦਰ ਉਹ ਬੜਾਉਂਦੇ ਨੇ. ਫੇਥਫੁਲਨੈਸ ਅਮੋਂਗ ਹਿਊਮਨ ਬੀਇੰਗਸ is rare, is a rare occurrence. ਵਿਸ਼ਵਾਸ ਯੋਗਤਾ ਇਨਸਾਨਾਂ ਦੇ ਵਿੱਚ ਜਿਹੜੀ ਹੈਗੀ ਹੈ ਬਹੁਤ ਹੀ ਘੱਟ ਹੁੰਦੀ ਹੈ. They could be faithful to their spouses. ਆਪਣੇ ਪਤੀ ਪਤਨੀ ਨੂੰ ਜਿਹੜਾ ਹੈਗਾ ਤੁਸੀਂ ਵਿਸ਼ਵਾਸ ਯੋਗ ਹੋ ਸਕਦੇ ਹੋ. They will be faithful to the work. ਆਪਣੇ ਕੰਮ ਨੂੰ ਜਿਹੜਾ ਹੈਗਾ ਵਿਸ਼ਵਾਸ ਯੋਗ ਹੋ ਸਕਦੇ ਹੋ. But very few are faithful to the church. ਲੇਕਿਨ ਬਹੁਤ ਘੱਟ ਹੈਗੇ ਨੇ ਜਿਹੜੇ ਵਿਸ਼ਵਾਸ ਯੋਗ ਹੈਗੇ ਨੇ ਕਲੀਸਿਆ ਨੂੰ. Proverbs 20:6 the Bible says. ਨੀਤੀ ਵਚਨ 20:6 ਚ ਲਿਖਿਆ. ਮੋਸਟ ਮੈਨ ਵਿਲ ਪ੍ਰੋਕਲੇਮ ਐਵਰੀਵਨ ਹਿਸ ਓਨ ਗੁਡਨੈਸ ਬਟ ਅ ਫੇਥਫੁਲ ਮੈਨ ਹੂ ਕੈਨ ਫਾਈਂਡ. ਬਹੁਤ ਸੇ ਮਨੁਸ਼ ਆਪਣੀ ਕਿਰਪਾ ਦਾ ਪ੍ਰਚਾਰ ਕਰਤੇ ਹੈ ਪਰੰਤੂ ਸੱਚਾ ਪੁਰਸ਼ ਕੌਣ ਪਾ ਸਕਤਾ ਹੈ. ਯੂ ਕੈਨ ਫਾਈਂਡ ਅ ਫਿਊ ਇਨ ਦਾ ਬਾਈਬਲ. ਤੁਹਾਨੂੰ ਜਿਹੜਾ ਹੈਗਾ ਬਾਈਬਲ ਦੇ ਅੰਦਰ ਮਿਲ ਸਕਦੀਆਂ ਚੀਜ਼ਾਂ. ਨੰਬਰਸ 12:7 ਦ ਬਾਈਬਲ ਸੇਜ਼. ਗਿਣਤੀ 12:7 ਚ ਲਿਖਿਆ. ਗੋਡ ਸੈਡ ਮਾਈ ਸਰਵੈਂਟ ਮੋਸਸ ਇਜ਼ ਨਾਟ ਸੋ ਹੂਸ ਫੇਥਫੁਲ ਇਨ ਆਲ ਹਿਸ ਹਾਊਸ. ਪਰੰਤੂ ਮੇਰਾ ਦਾਸ ਮੂਸਾ ਐਸਾ ਨਹੀਂ ਹੈ ਵਹਿ ਤੋ ਮੇਰੇ ਘਰ ਸਭ ਘਰਾਨੋ ਮੇ ਵਿਸ਼ਵਾਸ ਯੋਗ ਹੈ. ਯੂ ਸੀ ਡੈਨੀਅਲ ਦੇ ਵਰ ਟ੍ਰਾਈਂਗ ਟੂ ਫਾਈਂਡ ਫਾਲਟ ਵਿਦ ਡੈਨੀਅਲ. ਡੈਨੀਅਲ 6:4 ਇਟ ਸੇਜ਼ ਹੀ ਵਾਸ ਫੇਥਫੁਲ ਇਨ ਹਿਸ ਵਰਕ ਇਨ ਐਵਰੀ ਏਰੀਆ ਆਫ ਹਿਸ ਲਾਈਫ ਦੇਰ ਵਾਸ ਨਾਈਦਰ ਐਨੀ ਏਰਰ ਨੋਰ ਫਾਲਟ ਫਾਊਂਡ ਇਨ ਹਿਮ. ਉਹ ਜ਼ਮਾਨੇ ਦੇ ਅੰਦਰ ਜਿਹੜਾ ਹੈਗਾ ਡੈਨੀਅਲ ਦੇ ਅੰਦਰ ਜਿਹੜਾ ਹੈਗਾ ਕੋਈ ਨਾ ਕੋਈ ਖੋਟ ਲੱਭਦੇ ਪਏ ਹੈਗੇ ਸੀ ਲੇਕਿਨ ਉਹਦੇ ਕੰਮ ਕਰਨ ਦੇ ਅੰਦਰ ਔਰ ਵਿਅਕਤੀਗਤ ਰੂਪ ਦੇ ਅੰਦਰ ਜਿਹੜਾ ਉਹਨਾਂ ਨੂੰ ਕੋਈ ਵੀ ਜਿਹੜੀ ਕਿ ਗਲਤ ਚੀਜ਼ ਨਹੀਂ ਮਿਲੀ. ਪੌਲ ਟੈਸਟੀਫਾਈਡ ਆਫ ਟਿਮੋਥੀਜ਼ ਫੇਥਫੁਲਨੈਸ.
Paul ने भी जिहड़ा है गवाही दी है कि टिमोथी कितना विश्वासयोग है। 1 Corinthians 4:17 पहले कुरिन्थियों 4:17 लिखा है, फॉर दिस कॉज आई हैव सेंट अनटू यू तिमोथियस हु इज माय बिलीव्ड सन फेथफुल इन द लॉर्ड। इसलिए मैंने तिमोथियस जो प्रभु में मेरा प्रिय और विश्वास योग्य पुत्र है। In 1 Timothy 1:12, Paul declares, I thank Christ Jesus our Lord who enabled me that he counted me faithful, putting me into the ministry. और मैं अपने प्रभु मसीह यीशु का जिसने मुझे सामर्थ्य दी है धन्यवाद करता हूँ कि उसने मुझे विश्वास योग्य समझकर अपनी सेवा के लिए ठहराया। If you learn anything from Paul's life when you read his letters, we know that he was faithful to his calling. ਤੁਸੀਂ ਜਦੋਂ ਪੌਲ ਦੇ ਜਿਹੜਾ ਹੈਗਾ ਚਿੱਠੀਆਂ ਦੇ ਪੜ੍ਹਦੇ ਹੈਗੇ ਤੁਸੀਂ ਦੇਖੋਗੇ ਕਿ ਉਹਦੇ ਅੰਦਰ ਜਿਹੜਾ ਹੈਗਾ ਆਪਣੇ ਜਿੰਨੇ ਵੀ ਸਹਿਭਾਗੀ ਹੈਗੇ ਸੀ ਉਹਨਾਂ ਨੂੰ ਵਿਸ਼ਵਾਸਯੋਗ ਰਿਹਾ। ਵਾਟ ਡੂ ਯੂ ਥਿੰਕ ਦ ਲਾਰਡ ਇਜ਼ ਐਕਸਪੈਕਟਿੰਗ ਵੈਨ ਹੀ ਸੇਜ਼ ਵੈਲ ਡਨ ਮਾਈ ਗੁੱਡ ਐਂਡ ਫੇਥਫੁਲ ਸਰਵੈਂਟ? ਤੁਸੀਂ ਕੀ ਸੋਚਦੇ ਹੈਗੇ ਕਿ ਪਰਮੇਸ਼ਵਰ ਜਦ ਇਹ ਚੀਜ਼ ਕਹਿੰਦੇ ਪਏ ਹੈਗੇ ਕਿ ਮੇਰੇ ਅੱਛੇ ਔਰ ਵਿਸ਼ਵਾਸਯੋਗ ਦਾਸ? ਇਟ ਮੀਨਸ ਯੂ ਫੇਥਫੁਲ ਟੂ ਗੋਡ। ਇਹਦਾ ਮਤਲਬ ਕਿ ਤੁਸੀਂ ਵਿਸ਼ਵਾਸਯੋਗ ਹੋ ਪਰਮੇਸ਼ਵਰ ਨੂੰ, ਫੇਥਫੁਲ ਇਨ ਵਰਸ਼ਿਪਿੰਗ ਉਹਨਾਂ ਦੀ ਆਰਾਧਨਾ ਕਰਨ ਚ, ਫੇਥਫੁਲ ਇਨ ਕੀਪਿੰਗ ਹਿਸ ਕਮਾਂਡਮੈਂਟਸ ਉਹਨਾਂ ਦੇ ਜਿਹੜੇ ਵਚਨਾਂ ਨੂੰ ਰੱਖਣ ਵਾਸਤੇ, ਫੇਥਫੁਲ ਇਨ ਮੀਟਿੰਗ ਹਿਮ ਇਨ ਪ੍ਰੇਅਰ ਤੁਸੀਂ ਵਿਸ਼ਵਾਸਯੋਗ ਹੋਗੇ ਕਿ ਤੁਸੀਂ ਪ੍ਰਾਰਥਨਾ ਚ ਮਿਲਦੇ ਹੋ ਉਹਨਾਂ ਨੂੰ, ਫੇਥਫੁਲ ਇਨ ਰੀਡਿੰਗ ਗੋਡਸ ਵਰਡ ਉਹਨਾਂ ਦਾ ਵਚਨ ਪੜ੍ਹਦੇ ਹੈਗੇ ਹੋ, ਫੇਥਫੁਲ ਇਨ ਟੈਲਿੰਗ ਗੋਡਸ ਗੋਸਪਲ ਦ ਗੋਸਪਲ ਟੂ ਅਦਰਸ ਕਿ ਉਹਨਾਂ ਦਾ ਸੁਸਮਾਚਾਰ ਲੋਕਾਂ ਨੂੰ ਦੱਸਦੇ ਹੋ, ਫੇਥਫੁਲ ਇਨ ਸਬਮਿਟਿੰਗ ਟੂ ਦ ਹੋਲੀ ਸਪਿਰਿਟ ਔਰ ਪਵਿੱਤਰ ਆਤਮਾ ਨੂੰ ਦੇ ਅਧੀਨ ਹੁੰਦੇ ਹੋ। ਜਸਟ ਬਾਈ ਬੀਇੰਗ ਅ ਕ੍ਰਿਸਚੀਅਨ ਯੂ ਆਰ ਯੂ ਡੋਂਟ ਸ਼ੋ ਦ ਕੁਆਲਿਟੀਜ਼ ਆਫ ਬੀਇੰਗ ਫੇਥਫੁਲ। ਸਿਰਫ ਮਸੀਹ ਬਣ ਜਾਣ ਨੂੰ ਜਿਹੜਾ ਹੈਗਾ ਤੁਹਾਡੇ ਉਹ ਕੁਆਲਿਟੀਜ਼ ਜਿਹੜੇ ਤੁਹਾਡੇ ਜੀਵਨ 'ਚ ਨਹੀਂ ਆਉਣਗੀਆਂ। ਇਨ ਦ 1840s ਜੌਨ ਗੇਡੀ came from Scotland to Canada to be a pastor. 1840 ਦੇ ਅੰਦਰ ਜਿਹੜਾ ਜੌਨ ਗੇਡੀ ਜਿਹੜਾ ਹੈਗਾ ਸਕਾਟਲੈਂਡ ਤੋਂ ਕੈਨੇਡਾ ਪਾਦਰੀ ਬਣਨ ਆਇਆ। He felt in his spirit that he has to go as a missionary to a far away island. ਉਹਨਾਂ ਨੂੰ ਜਿਹੜਾ ਹੈਗਾ ਆਪਣੀ ਆਤਮਾ ਦੇ ਅੰਦਰ ਇਹ ਮਹਿਸੂਸ ਹੋਇਆ ਕਿ ਉਹਨਾਂ ਨੂੰ ਦੂਰ ਕਿਸੇ ਟਾਪੂ ਦੇ ਉੱਤੇ ਜਾਣਾ ਹੈਗਾ। ਸੋ ਹੀ ਗੋਟ ਟੁੱਕ ਹਿਸ ਟੂ ਚਿਲਡਰਨ ਐਂਡ ਹਿਸ ਵਾਈਫ ਐਂਡ ਵੈਂਟ ਟੂ ਐਨ ਆਈਲੈਂਡ, ਇਟ ਇਸ ਨਾਓ ਕਾਲਡ ਵਨੂਆਟੂ। ਫਿਰ ਉਹ ਜਿਹੜਾ ਹੈਗਾ ਇੱਕ ਟਾਪੂ ਦੇ ਉੱਤੇ ਗਏ ਜਿਹਨੂੰ ਹੁਣ ਇਸ ਵੇਲੇ ਜਿਹੜਾ ਹੈਗਾ ਵਨਵਾਕੂ ਕਿਹਾ ਗਿਆ। ਐਂਡ ਹੀ ਦੇਰ ਦੇ ਵਰ ਆਈਲੈਂਡ ਆਫ ਕੈਨੀਬਲਸ। ਉੱਥੇ ਜਿਹੜਾ ਹੈਗਾ ਆਦਮਖੋਰ ਲੋਕ ਹੈਗੇ ਸੀ। ਐਂਡ ਦੇ ਰੀਸੈਂਟਲੀ ਹੈਡ ਕਿਲਡ 20 ਪੀਪਲ ਆਫ ਅ ਬ੍ਰਿਟਿਸ਼ ਸ਼ਿਪ ਐਂਡ ਈਟਨ ਦੇਮ ਅਪ। ਔਰ ਉਹਨਾਂ ਨੇ ਜਿਹੜਾ ਹੈਗਾ ਹਾਲ ਹੀ 'ਚ ਜਿਹੜਾ ਹੈਗਾ ਕੋਈ ਬ੍ਰਿਟਿਸ਼ ਸ਼ਿਪ ਹੈਗਾ ਸੀ ਉਹਦੇ 'ਚ ਉਹ 20 ਲੋਕਾਂ ਨੂੰ ਖਾ ਗਏ ਸੀ। ਉਹ ਗੇਡੀ ਕੇਮ ਟੂ ਦੈਟ ਆਈਲੈਂਡ। ਗਿਡੀ ਉਸ ਟਾਪੂ 'ਤੇ ਪਹੁੰਚਿਆ। ਦੇ ਡਿਡਨਟ ਹੈਵ ਐਨੀ ਰਿਟਨ ਫਾਰਮ ਆਫ ਲੈਂਗੁਏਜ। ਕੋਈ ਉਹਨਾਂ ਦੀ ਜਿਹੜਾ ਹੈਗਾ ਉੱਥੇ ਜਿਹੜੇ ਲੋਕ ਹੈਗੇ ਸੀ ਕੋਈ ਭਾਸ਼ਾ ਜਿਹੜੀ ਨਹੀਂ ਹੈਗੀ ਸੀ ਜੋ ਲਿਖੀ। ਆਈ ਥਿੰਕ ਗੋਡ ਕੈਪਟ ਹਿਮ ਫਰੋਮ ਦੇਮ ਫਰੋਮ ਬੀਇੰਗ ਈਟਨ। ਪਰਮੇਸ਼ਵਰ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਕਿ ਵੀ ਉਹ ਆਦਮਖੋਰ ਖਾ ਨਾ ਜਾਣ। ਸਲੋਲੀ ਫਿਊ ਕਨਵਰਟਸ, ਧੀਰੇ ਧੀਰੇ ਕਰਕੇ ਜਿਹੜਾ ਹੈਗਾ ਕੁਝ ਲੋਕ ਜਿਹੜਾ ਹੈਗਾ ਵਿਸ਼ਵਾਸੀ ਬਣੇ। ਕੰਟੀਨਿਊਡ ਹਿਸ ਮਿਨਿਸਟਰੀ ਫੇਥਫੁਲੀ, ਉਹਨੇ ਜਿਹੜਾ ਹੈਗਾ ਵਿਸ਼ਵਾਸੀ ਯੋਗਿਤਾ ਦੇ ਨਾਲ ਜਿਹੜੀ ਆਪਣੀ ਮਿਨਿਸਟਰੀ ਕਰਦੇ ਰਹੇ। ਹੀ ਟ੍ਰਾਂਸਲੇਟਡ ਦ ਬਾਈਬਲ ਇਨਟੂ ਦੇਅਰ ਲੈਂਗੁਏਜ। ਉਹਨੇ ਜਿਹੜਾ ਹੈਗਾ ਬਾਈਬਲ ਦਾ ਜਿਹੜਾ ਹੈਗਾ ਅਨੁਕਰਨ ਜਿਹੜਾ ਹੈਗਾ ਕੀਤਾ ਉਹਨਾਂ ਦੀ ਭਾਸ਼ਾ ਦੇ ਅੰਦਰ। ਹੀ ਹੈਡ ਆਲਮੋਸਟ ਨੋ ਹੈਲਪ ਫਰੋਮ ਐਨੀਵੇਅਰ ਐਲਸ, ਕੋਈ ਮਦਦ ਨਹੀਂ ਮਿਲੀ ਕਿੱਥੋਂ ਵੀ। ਗੋਡ ਵਾਸ ਫੇਥਫੁਲ ਟੂ ਹਿਸ ਸਰਵੈਂਟ, ਪਰਮੇਸ਼ਵਰ ਵਿਸ਼ਵਾਸੀ ਯੋਗ ਹੈਗੀ ਸੀ ਆਪਣੇ ਦਾਸ ਦੀ ਤਰਫ। ਆਊਟ ਆਫ ਹਿਸ 4 ਚਿਲਡਰਨ 3 ਆਫ ਦੇਮ ਡਾਈਡ ਬਿਫੋਰ ਹੀ ਡਾਈਡ। ਉਹਦੇ 4 ਚੋਂ 3 ਸੰਤਾਨਾਂ ਜਿਹੜੀ ਹੈਗੀਆਂ ਉਹਦੇ ਆਪਣੇ ਮਰਨ ਤੋਂ ਪਹਿਲਾਂ ਜਿਹੜੀ ਇਹ ਮਰ ਗਏ। ਓਨਲੀ 1 ਚਾਈਲਡ ਵੈਂਟ ਔਨ ਟੂ ਬਿਕਮ ਓਲਡ, ਸਿਰਫ ਇੱਕ ਸੰਤਾਨ ਜਿਹੜਾ ਹੈਗਾ ਬੁੜਾ ਹੋਇਆ। ਇਨ ਵਨ ਆਫ ਦ ਚਰਚਸ ਟੂਡੇ ਯੂ ਕੈਨ ਸੀ ਅ ਪਲਾਕ ਇਨ ਦ ਚਰਚ, ਇੱਕ ਕਲੀਸਿਆ ਦੇ ਅੰਦਰ ਜਿਹੜਾ ਹੈਗਾ ਇੱਕ ਪਲਾਕ ਜਿਹੜਾ ਹੈਗਾ ਦਿਖ ਸਕਦਾ ਹੈਗਾ ਤੁਹਾਨੂੰ। ਵੈਨ ਹੀ ਲੈਂਡਡ 1848, ਜਦੋਂ ਪਹੁੰਚਿਆ 1848 'ਚ, ਦੇਰ ਵਰ ਨੋ ਕ੍ਰਿਸਚੀਅਨਸ ਹੇਅਰ, ਇੱਥੇ ਕੋਈ ਮਸੀਹ ਨਹੀਂ ਸੀ। ਵੈਨ ਹੀ ਲੈਫਟ ਇਨ 1872, ਦੇਰ ਵਰ ਨੋ ਅਨਬਿਲੀਵਰਸ ਹੇਅਰ, ਕਿ ਜਦੋਂ 1872 'ਚ ਗਿਆ ਉੱਥੇ ਕੋਈ ਵੀ ਅਵਿਸ਼ਵਾਸੀ ਨਹੀਂ ਸੀ। ਟੂਡੇ ਵਨੂਆਟੂ ਇਜ਼ 83% ਕ੍ਰਿਸਚੀਅਨ ਈਵਨ ਟਿਲ ਟੂਡੇ। ਅੱਜ ਦੀ ਤਰੀਕ 'ਚ ਜਿਹੜਾ ਹੈਗਾ ਵਨਵਾ ਜਿਹੜੀ ਹੈਗੀ ਆ ਉੱਥੇ 93% ਲੋਕ ਜਿਹੜੇ ਹੈਗੇ ਵਿਸ਼ਵਾਸੀ ਨੇ। ਹੀ ਵਾਸ ਫੇਥਫੁਲ ਟਿਲ ਹਿਸ ਡੈਥ, ਉਹ ਜਿਹੜਾ ਹੈ ਵਿਸ਼ਵਾਸਯੋਗ ਰਿਹਾ ਆਪਣੀ ਮ੍ਰਿਤਯੂ ਤੱਕ। ਗੋਡ ਆਨਰਸ ਇਟ, ਪਰਮੇਸ਼ਵਰ ਇਹਦਾ ਆਦਰ ਕਰਦੇ। ਯੂ ਸੀ ਦੈਟ ਗੀਜ਼ਰ ਇਨ ਦ ਨੈਸ਼ਨਲ ਪਾਰਕ ਕਾਲਡ ਓਲਡ ਫੇਥਫੁਲ, ਆਈ ਵਿਸ਼ ਆਈ ਕੁਡ ਬੀ ਕਾਲਡ ਦੈਟ। ਉਹ ਜਿਹੜਾ ਗੀਜ਼ਰ ਹੈਗਾ ਸੀ ਪਾਰਕ ਦੇ ਅੰਦਰ ਜਿਹੜਾ ਹੈਗਾ ਓਲਡ ਫੇਥਫੁਲ, ਮੈਂ ਮੇਰੀ ਇੱਛਾ ਹੈਗੀ ਕਿ ਮੈਂ ਉਸ ਤਰ੍ਹਾਂ ਬਣਾ। ਦਿਸ ਇਜ਼ ਦ ਓਨਲੀ ਥਿੰਗ ਆਈ ਵਾਂਟ ਵੈਨ ਆਈ ਰੀਚ ਕ੍ਰਾਈਸਟ, ਦੈਟ ਵੈਲ ਡਨ ਮਾਈ ਗੁੱਡ ਐਂਡ ਫੇਥਫੁਲ ਸਰਵੈਂਟ।
कि मैं जो प्रभु यीशु के सामना होए उन्होंने नाल कि वह मैं कहन के तू मेरा अच्छा और विश्वासयोग्य दास है। One day the trumpet will sound. एक बार जेड़ा बिगुल बजेगा। We will stand before Christ. असी परमेश्वर के सामने खड़े होवांगे। In Matthew 25:21, this is what I want, my heart's desire. मती 25:21 के अंदर मेरे दिल की ख्वाहिश है। The Lord said unto him, Well done, thou good and faithful servant. Thou have been faithful over a few things. I will be make thee ruler over many things. Enter thou into the joy of the Lord. उसके स्वामी ने उससे कहा, धन्य है अच्छे और विश्वास योग्य दास, तू थोड़े में विश्वास योग्य रहा, मैं तुझे बहुत वस्तुओं का अधिकारी बनाऊंगा, अपने स्वामी के आनंद में संभागी हो। What a wonderful judgment. किन्नी वधिया जड़ी हैगा विश्वास। Everything will pass away. हर चीज चली जाएगी। It is only your faithfulness which is counted in the end. तोड़ी जड़ा विश्वास योग्यता ही की जो जड़ी अंत चलेगी। I'll finish with this illustration. मैं एक आने दे नाल जड़ा है अंत करना। Mark Hatfield was a senator. He went to Calcutta to see Mother Teresa. मार्क हैटफील्ड जड़ा है एक सैनेटर हैगा सी जिन्हें कलकत्ता जाके जड़ा है मदर टेरेसा नु मिलना चाहता है। He watched as Mother Teresa was taking care of this, this sick and underprivileged people. उन्हें देखा कि मदर टेरेसा जड़ा है जड़े बीमार लोग है सी और पीड़ित जाति दे है सी उनकी सेवा कर रही सी। हैटफील्ड आस्क्ड हर, सॉरी, हैटफील्ड आस्क्ड हर, हैटफील्ड ने जड़ा है पूछा, हाउ कैन यू बी बेयर दिस लोड विदाउट बीइंग क्रश्ड बाय इट, कि इन्ना जड़ा भार जड़ा है तेरे वो दिल के उत्ते जड़ा बैठ बंदा है इनू किस तरह तू सांभ सकती है। मदर टेरेसा रिप्लाइड, मदर टेरेसा ने कहा, माय डियर सेनेटर, मेरे प्रिय सेनेटर, आई एम नॉट कॉल्ड टू बी सक्सेसफुल, आई एम कॉल्ड टू बी फेथफुल, कि मैनू जड़ा है सक्सेसफुल वास्ते नहीं बनाया लेकिन मैनू जड़ा है विश्वास योग्य वास्ते बुलाया। मे बी यू विल गिव अ मिलियन ट्रैक्ट्स नॉट वन सोल बट गॉड ऑनर्स योर फेथफुलनेस। हो सकता है तुसी जड़ा है लखा जड़े है ट्रैक दिते हों लेकिन एक भी जड़ा है सोल नहीं बचा लेकिन परमेश्वर देख देगा कि तुसी विश्वास योग्य है। लेट अस वर्क फॉर गॉड फेथफुली दो दैट वी कैन ईच ऑफ यू कैन हियर वेल डन माय गुड एंड फेथफुल सर्वेंट। असी जड़ा है उन्होंने वास्ते काम करिए पूरे मन दे नाल ताकि परमेश्वर सानू कहन के तू मेरा अच्छा और विश्वास योग्य दास है। ऑन दैट जजमेंट डे दैट विल बी अ डे ऑफ ग्रेट रिजॉइसिंग फॉर मी। उस न्याय वड्डे न्याय दे दिन जड़ा है मेरे वास्ते एक बड़ा हर्ष दा दिन होएगा। You see, in Hebrew, it is God who enables us, he is faithful to enable us. कि परमेश्वर विश्वासयोग्य हैगे कि ओ सानू विश्वासयोग्य बनान। God has shown our church his faithfulness for the last 14 years. परमेश्वर ने जड़ा है दिखाया हैगा कि वो विश्वासयोग्य हैगे साडे कलीसिया दे अंदर 14 साल चो। He has enabled us to teach, preach, speak, counsel all these years for many people we can't even remember now. कि उन्होंने ये 14 साल के अंदर किन्ना सानू जड़ा है शिक्षा देना और किन्ने लोगों को मदद कराने वास्ते सानू इस्तेमाल किया है। मे गॉड बी प्रेस्ड, कि परमेश्वर की जड़ी है वडियाई होवे। लेट्स बो आवर हेड, क्लोज आवर आईज। इफ दिस मैसेज हैज कन्विक्टेड यू अबाउट फेथफुलनेस, आई विल बी ग्लैड बिकॉज फेथफुलनेस ब्रिंग्स आउट हाउ मच लव वी हैव फॉर गॉड, how much love we have for the people, how much love we want to show comes out of faithfulness. We can all talk about love, but if we are not faithful, then we will never show love. Just for a few minutes, let us think about God's faithfulness. Let us be grateful for his faithfulness. Let us rejoice in his faithfulness. Let us bring glory to God in it for his faithfulness. Thank you, Father. I thank you for everyone who has heard this message. We pray that your name will be glorified in their lives, that they will be faithful to you, Lord, as a response to your faithfulness, that they will bring glory to you, and that, Lord, on that final day, that everyone who is here will receive a well done, my good and faithful servant. I pray earnestly, Lord, that you light the fire in every heart and in every mind, Lord, that they will serve you with all their hearts. As the song we sung today, you're the center, you're the center. And we also sang that we have two hands and one heart. We give it to you to serve you, to be faithful to you. We give you glory in the name of our Lord Jesus, we pray. Amen.